ਮਿਰਚਾਂ ਕਿਸ ਤਰ੍ਹਾਂ ਦੇ? ਹਰੀਆਂ ਸਿਰਫ ਚਿੱਟੀਆਂ ਹੈ ਜੀ। ਛੋਟੇ ਆਲੂ ਕਿਸ ਤਰ੍ਹਾਂ ਦੇ? ਵੱਡੇ ਆਲੂ ਕਿਸ ਤਰ੍ਹਾਂ ਦੇ? ਵੱਡੇ 350, 350 ਰੁਪਏ ਧੜੀ, ਠੀਕ ਹੋ ਗਿਆ। ਤੇ ਛੋਟੇ 320 ਯਾਰ। ਕੀ ਆ ਆਪਨੇ ਕਿਹਾ? ਕੀ ਆ ਠੀਕ ਹੈ ਕਿ ਰੇਟ ਆ ਭਾਅ ਜੀ? 20 ਰੁਪਏ ਕਿਲੋ। ਹਜ਼ਰ ਸਾਹਿਬ ਕੀ ਹਾਲ ਹੈ? ਤਬੀ ਸੇ ਠੀਕ ਹੈ। ਕਰੇਲੇ ਕਿਸ ਤਰ੍ਹਾਂ ਜੇ? ਵਧੀਆ ਕਰੇਲੇ ਆ ਜੀ। ਅੱਛਾ ਜੀ, ਦੇਸੀ ਨੇ ਕਿ ਵਲੈਤੀ ਨੇ? ਦੇਸੀ ਕਰੇਲੇ। ਦੇਸੀ ਕਰੇਲੇ ਕਿਸ ਤਰ੍ਹਾਂ? 40 ਰੁਪਏ ਕਿਲੋ ਪਾਇਆ। 40 ਰੁਪਏ ਕਿਲੋ, ਇਹ ਤਾਂ ਮੌਜ ਲੱਗ ਗਈ। ਜ਼ਬਰਦਸਤ। ਤੜੀ ਕਿਸ ਤਰ੍ਹਾਂ? 250 ਰੁਪਏ ਜੀ। 250 ਰੁਪਏ ਤੜੀ, ਜ਼ਬਰਦਸਤ, ਥੈਂਕ ਯੂ ਜੀ। ਤੋ ਗਾਇਜ਼, ਮੈਂ ਅੱਜ ਆਪਕੋ ਸਬਜ਼ੀ ਮੰਡੀ ਕਾ ਵਿਜ਼ਿਟ ਕਰਵਾ ਰਹਾ ਹੂੰ। ਈਦ ਨਜ਼ਦੀਕ ਨਜ਼ਦੀਕ ਆ ਗਈ ਹੈ ਔਰ ਈਦ ਸੇ ਪਹਿਲੇ ਜੋ ਮਾਰਕੀਟ ਮੰਡੀ ਕੇ ਰੇਟ ਹੈ ਵੋ ਆਪਕੋ ਵੀ ਅਪਡੇਟ ਦੇਤੇ ਹੈ। ਆਈਏ ਮੇਰੇ ਸਾਥ ਕੰਟੀਨਿਊ ਰਹੇ ਔਰ ਵੀਡੀਓ ਅਗਰ ਪਸੰਦ ਆਏ ਤਾਂ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕੀਜੀਏਗਾ। ਆਪਕੇ ਪਿਆਰ ਕਾ ਬਹੁਤ ਬਹੁਤ ਸ਼ੁਕਰੀਆ। ਸਰ ਕੀ ਰੇਟ ਹੈ ਟਮਾਟਰਾਂ ਦਾ ਜਨਾਬ? 300 ਰੁਪਿਆ। 300 ਰੁਪਿਆ ਧੜੀ। ਕਿਲੋ ਕਿਸ ਤਰ੍ਹਾਂ ਜੇ? 60 ਰੁਪਏ ਕਿਲੋ, ਜ਼ਬਰਦਸਤ। ਭਾਅ ਜੀ ਨਜ਼ਰ ਤਾਂ ਕੀ ਰੇਟ ਜੇ ਕਿਲੋ? 500 ਰੁਪਏ ਕਿਲੋ। ਅਤੇ ਲਸਣ? ਲਸਣ 250 ਰੁਪਏ ਕਿਲੋ। ਸ਼ੁਕਰੀਆ। ਸਲਾਮ ਅਲੈਕੁਮ। ਸਰ ਆਲੂ ਦਾ ਕੀ ਰੇਟ ਜੇ? 350 ਰੁਪਏ ਧੜੀ। ਧੜੀ ਹੁੰਦੇ ਨੇ 5 ਕਿਲੋ, ਅਤੇ ਕਿਲੋ ਕਿੰਨੇ ਕਿੰਨੇ ਦਾ ਹੋਇਆ ਜੀ? 70 ਰੁਪਏ ਕਿਲੋ। ਨਿੰਬੂ ਦਾ ਜਾਨੂ ਕਿਆ ਰੇਟ ਹੈ? 200 ਰੁਪਿਆ ਕਿਲੋ। ਓਏ ਬਹੁਤ ਸਲਾਮ ਅਲੈਕੁਮ। ਪਿਆਜ਼ ਦਾ ਬਹੁਤ ਕੀ ਰੇਟ ਜੇ? 230 ਰੁਪਏ ਧੜੀ। ਯਾਨੀ ਕਿ ਕਿਲੋ ਕਿਤਨੇ ਕਾ ਹੋਗਾ? 46 ਰੁਪਏ ਕਾ। ਜ਼ਬਰਦਸਤ। ਸਲਾਮ ਅਲੈਕੁਮ। ਧਨੀਆ ਦੀ ਗੱਠੀ ਕਿਸ ਤਰ੍ਹਾਂ ਜੇ? ਵਾਲੇਕੁਮ। ਗੱਠੀ 30 ਰੁਪਏ ਦੀ, 50 ਰੁਪਏ ਦੀ। 30 ਰੁਪਏ ਦੀਆਂ ਕਿੰਨੀਆਂ? ਇੱਕ 30 ਰੁਪਏ ਦੀ ਇੱਕ ਗੱਠੀ ਹੈ ਅਤੇ ਪੁਦੀਨੇ ਦੀ? ਪੁਦੀਨਾ 20 ਦੀ 5। ਜ਼ਬਰਦਸਤ। ਸਲਾਮ ਅਲੈਕੁਮ ਜੀ। ਖੀਰੇ ਕਿਸ ਤਰ੍ਹਾਂ ਜੇ? ਖੀਰੇ ਕਿੱਥੇ ਲੈਣੇ? ਖੀਰੇ ਕਿਲੋ ਕਿਸ ਤਰ੍ਹਾਂ ਕੇ? 80 ਰੁਪਏ ਕਿਲੋ ਹੈ। ਔਰ ਮਿਰਚਾਂ? ਮਿਰਚਾਂ 100 ਰੁਪਏ ਕਿਲੋ ਹੈ। ਜ਼ਬਰਦਸਤ। ਹਜ਼ਰ ਸਾਹਿਬ ਕੀ ਹਾਲ ਹੈ? ਤਬੀ ਸੇ ਠੀਕ ਹੈ। ਕਰੇਲੇ ਕਿਸ ਤਰ੍ਹਾਂ ਜੇ? ਵਧੀਆ ਕਰੇਲੇ ਆ ਜੀ। ਅੱਛਾ ਜੀ, ਦੇਸੀ ਨੇ ਕਿ ਵਲੈਤੀ ਨੇ? ਦੇਸੀ ਕਰੇਲੇ। ਦੇਸੀ ਕਰੇਲੇ ਕਿਸ ਤਰ੍ਹਾਂ? 40 ਰੁਪਏ ਕਿਲੋ ਪਾਇਆ। 40 ਰੁਪਏ ਕਿਲੋ, ਇਹ ਤਾਂ ਮੌਜ ਲੱਗ ਗਈ। ਜ਼ਬਰਦਸਤ। ਧੜੀ ਕਿਸ ਤਰ੍ਹਾਂ? 250 ਰੁਪਏ ਦੀ। 250 ਰੁਪਏ ਧੜੀ, ਜ਼ਬਰਦਸਤ, ਥੈਂਕ ਯੂ। ਅਦਰਕ ਕਿਸ ਤਰ੍ਹਾਂ ਜੇ? 200 ਰੁਪਏ। 900 ਰੁਪਏ ਕਿਲੋ। ਅਤੇ ਲਸਣ? ਲਸਣ ਦੇਸੀ ਕਿਸ ਤਰ੍ਹਾਂ ਜੇ? 300 ਰੁਪਏ ਕਿਲੋ। ਲਾਲ ਦੇਸੀ 300, ਵਾਈਟ ਦੇਸੀ 200। ਵਾਈਟ ਦੇਸੀ 200 ਹੈ ਔਰ ਲਾਲ? ਲਾਲ 300 ਰੁਪਏ ਕਿਲੋ ਹੈ। ਔਰ ਇਹ ਜੋ ਛਿਲਾ ਹੁਆ 220 ਰੁਪਏ ਕਿਲੋ ਹੈ। ਜ਼ਬਰਦਸਤ। ਔਰ ਇਸ ਕਾ ਰੇਟ ਨੀਚੇ ਨਹੀਂ ਆਉਣਾ ਅਭੀ? ਅਦਰਕ ਕਾ? ਜ਼ਬਰਦਸਤ, ਬਹੁਤ ਸ਼ੁਕਰੀਆ। ਸਲਾਮ ਅਲੈਕੁਮ। ਬੈਂਗਣ ਕਿਸ ਤਰ੍ਹਾਂ ਜੇ? 80 ਰੁਪਏ ਕਿਲੋ। ਜ਼ਬਰਦਸਤ। ਅਤੇ ਘੀਆ? ਘੀਆ 20 ਰੁਪਏ ਕਿਲੋ। ਘੀਆ ਆਪਨੇ ਕਿਹਾ? ਘੀਆ ਠੀਕ ਹੈ ਕਿ ਰੇਟ ਆ ਭਾਅ ਜੀ? 20 ਰੁਪਏ ਕਿਲੋ। ਇਹਨਾਂ ਨੇ ਮਹਿੰਗਾ ਦੀ ਹੈ। ਜ਼ਬਰਦਸਤ। ਟਮਾਟਰ ਕਾ ਕੀ ਰੇਟ ਹੈ? 70 ਰੁਪਏ ਕਿਲੋ ਹੈ। ਜ਼ਬਰਦਸਤ। ਸਲਾਮ ਅਲੈਕੁਮ ਜੀ। ਸਰ ਅਰਬੀ ਦਾ ਕੀ ਰੇਟ ਜੇ? 160 ਰੁਪਏ। ਅਤੇ ਬੈਂਗਣ? 50 ਰੁਪਏ ਕਿਲੋ। ਅਤੇ ਤੁਹਾਡੇ ਨਾਲ ਘੀਆ ਪਿਆ ਉਹਦਾ? 40 ਰੁਪਏ। ਅਤੇ ਟਿੰਡੇ ਨੇ? 80 ਰੁਪਏ ਕਿਲੋ। ਸ਼ਲਜਮ? 100 ਰੁਪਏ ਕਿਲੋ। ਜ਼ਬਰਦਸਤ, ਬਹੁਤ ਸ਼ੁਕਰੀਆ ਜੀ। ਸਲਾਮ ਅਲੈਕੁਮ ਜੀ। ਅੱਛਾ, ਬੈਂਗਣ ਕਿਸ ਤਰ੍ਹਾਂ ਜੀ? 30 ਰੁਪਏ ਕਿਲੋ ਹੈ। ਔਰ ਭਿੰਡੀਆਂ? 80 ਰੁਪਏ ਕਿਲੋ। 80 ਰੁਪਏ ਕਿਲੋ। ਇਹ 100 ਕਾ ਡੇਢ ਕਿਲੋ। ਔਰ ਘੀਆ? 30 ਰੁਪਏ ਕਿਲੋ। 30 ਰੁਪਏ ਕਿਲੋ, ਬਹੁਤ ਸ਼ੁਕਰੀਆ। ਹਾਲਾਂ ਜੀ, ਅਦਰਕ ਕਿਸ ਤਰ੍ਹਾਂ ਜੇ? 650 ਰੁਪਏ ਕਿਲੋ। ਜ਼ਬਰਦਸਤ। ਲਸਣ ਕਿਸ ਤਰ੍ਹਾਂ ਜੇ? ਮਾਜੀ ਲਸਣ ਕਿਸ ਤਰ੍ਹਾਂ ਜੇ? ਲਸਣ ਕਿਸ ਤਰ੍ਹਾਂ ਜੇ? 200 ਰੁਪਏ ਕਿਲੋ ਜੀ। ਜ਼ਬਰਦਸਤ। ਇਹ ਜੀ, ਛੋਟੇ ਆਲੂ ਕਿਸ ਤਰ੍ਹਾਂ ਦੇ? ਵੱਡੇ ਆਲੂ ਕਿਸ ਤਰ੍ਹਾਂ ਦੇ? ਵੱਡੇ 350। 350 ਰੁਪਏ ਧੜੀ, ਠੀਕ ਹੋ ਗਿਆ। ਤੇ ਛੋਟੇ? 320। ਯਾਰ ਬੜਾ ਫਰਕ ਹੈ, ਹੈ 300 ਰੁਪਏ ਨਹੀਂ ਲਾਣਾ? ਚਲੋ ਮਿਹਰਬਾਨੀ, ਮਿਹਰਬਾਨੀ। ਮਿਰਚਾਂ ਕਿਸ ਤਰ੍ਹਾਂ ਦੇ? ਹਰੀਆਂ ਸਿਰਫ ਚਿੱਟੀਆਂ, ਚਿੱਟੀ ਵੀ ਅਸੀਂ, ਲਾਲ ਵੀ ਅਸੀਂ। ਆਪਕੋ ਮਾਰਕੀਟ ਕਾ ਵਿਜ਼ਿਟ ਕਰਵਾਇਆ। ਮੇਰਾ ਵਲੌਗ ਆਪਕੋ ਕੈਸਾ ਲਗਾ ਮੁਝੇ ਕਮੈਂਟ ਮੇਂ ਜ਼ਰੂਰ ਬਤਾਈਏਗਾ। ਅਗਰ ਅੱਛੇ ਲਗੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕੀਜੀਏਗਾ। ਆਪਕੇ ਪਿਆਰ ਕਾ, ਸਪੋਰਟ ਕਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਅੱਲਾ ਹਾਫਿਜ਼। ਮਿਲਦੇ ਹਾਂ ਨੈਕਸਟ ਵੀਡੀਓ ਮੇਂ।